جتنے احباب نے اتنا کرم اتنا ترس ہے سائیاں دا سچی گل ہے کہ ہن کہی دا کہ یار کو تھوڑا جا تھوڑا نا سٹگنا 20 سال ہو گئے نے تے قبلہ تے ساڈے تو پہلا دے الحمدللہ صرف دوستاں دی زیارت واسطے آئی دا تے ہر علاقے دے لوگ اوتھے دا تعارف ہوندے نے تے حضور دے سنا خان دی شادی آ جو بہ جو ہاں یاد جب مجھے لیتا
ਜਿਹੜੇ ਜਦੋਂ ਸੁਣਦੇ ਹੈ ਤੁਹਾਡਾ ਜ਼ੌਕ ਜਿਹੜਾ ਹੈ ਕਰੋੜਾਂ ਰੁਪਏ ਦਾ। ਸਾਡੇ ਸਾਰੇ ਬਾਈ ਨੇ, ਸਾਡੇ ਮੋਹਤਰਮ ਨੇ ਅਸ਼ਰਫਰੁੱਲਾ ਕੇ ਇਮਾਮ ਅਲੀ ਮੁਕਾਮ ਦਾ ਇੱਕ ਇਰਸ਼ਾਦੇ ਗ੍ਰਾਮੀ ਗਲਬਨ ਉਹਨਾਂ ਦੇ ਨਾਲ ਹੈ ਕਿ ਉਹਦੇ ਉਹਦਾ ਕੀ ਗਿਆ ਜਿਹਨੇ ਕਿਸੇ ਨੂੰ ਰਾਜ਼ੀ ਕਰ ਲਿਆ। ਇਮਾਮ ਅਲੀ ਰਜ਼ਾ ਦੇਖੋ, ਕਿਸੇ ਦਾ ਕੀ ਗਿਆ ਜੇ ਉਹਨੇ ਕਿਸੇ ਨੂੰ ਰਾਜ਼ੀ ਕਰਨਾ। ਇਹ ਜਿਹੜੀ ਬਾਤ ਹੈ ਦੋਸਤਾਂ ਦੇ ਨਾਲ, ਮੈਨੂੰ ਇੰਨੀ ਖੁਸ਼ੀ ਹੋ ਰਹੀ ਹੈ, ਮੈਂ ਸੱਚੀ ਗੱਲ ਹੈ, ਮੈਨੂੰ ਅੱਲਾਹ ਮਹਿਫੂਜ਼ ਫਰਮਾਏ ਸਾਰੇ ਦੋਸਤਾਂ ਨੂੰ ਕਿ ਅੱਲਾਹ ਇੰਨੀ ਵੱਡੀ ਬਾਤ ਹੈ, ਅੱਲਾਹ ਤੁਹਾਨੂੰ ਵੱਧ ਨਜ਼ਰਾਂ ਤੋਂ ਮਹਿਫੂਜ਼ ਫਰਮਾਏ। ਇਹ ਜੁਮਲਾ ਹਰ ਜਗ੍ਹਾ 'ਤੇ ਕਿਹਾ ਜਾਂਦਾ, ਲੇਕਿਨ ਇੱਥੇ ਬਹੁਤ ਜ਼ਰੂਰਤ ਹੈ। ਮੈਨੂੰ ਬਹੁਤ ਕੁਛ ਯਾਨੀ ਅਸੀਂ ਹਾਸਿਲ ਕਰ ਰਹੇ ਹਾਂ ਕਿ ਯਾਰ ਇੰਨੇ ਦੋਸਤ ਕੋਈ ਫੀਲਡ ਦੇ ਹੋ ਕੇ ਸਾਡੀ ਫੀਲਡ 'ਤੇ ਇਲਾ ਮਾਸ਼ਾ ਅੱਲਾਹ ਅਤੇ, ਲੇਕਿਨ ਇੱਥੇ ਨੂਰ ਸ਼ਾਹ 'ਚ ਨਿਜ਼ਾਮ ਹੀ ਹੋਰ ਦੇਖ, ਨੂਰ ਹੀ ਦੇਖਣ ਡੇ ਨੂਰ ਵਾਲੇ ਦਾ ਸਦਕਾ ਅੱਲਾ ਇਸੇ ਤਰ੍ਹਾਂ ਬਹਾਰਾਂ ਲੱਗੀ ਅਤੇ ਗੱਲ ਹੈ ਵੀ ਇਸੇ ਤਰ੍ਹਾਂ ਇਤਫਾਕ 'ਚ ਬਰਕਤ ਹੁੰਦੀ ਹੈ। ਹਰ ਬੰਦੇ ਦੇ ਸਰਕਾਰ ਨੇ ਜਿਹੜੇ ਸਾਹਮਣੇ ਨੇ ਉਹ ਲਹਿਦਾ ਲਹਿਦਾ ਪੈਦਾ ਕੀਤੇ ਅਤੇ ਅੱਲਾ ਹੋਰ ਬਹਾਰਾਂ ਦਾ ਫਰਮਾਏ। ਕਲਾਮ ਪੜ੍ਹਨੇ ਕਿ ਕਲਾਮ ਬਹੁਤ ਘੱਟ ਪੜ੍ਹੇ ਜਾਂਦੇ ਨੇ, ਸੋਨੇ ਵੀ ਘੱਟ ਜਾਂਦੇ ਨੇ, ਅਤੇ ਇੱਥੇ ਮੈਂ ਕਿ ਚਲੋ ਦੋ ਸਾਬਾ ਬੈਠੇ ਨੇ, ਮਦੀਨੇ ਕੀ ਫਜ਼ਾ ਨਫਸ ਚਲਤੇ ਲਤੀਫ ਦੀ ਗੱਲ ਅਗਲੀ ਇਸ ਗੁਲਿਸਤਾਨ ਮੇਂ
اس استعمال کا شرح تتے پاؤں میرے دل سے نکلتا ہے تم اس گلستان تب